ਸਤਿ ਸ਼੍ਰੀ ਅਕਾਲ ਜੀ। ਅੱਜ ਮੰਮੀ ਨੇ ਬਣਾਉਣਾ ਆ ਕਾਲੀ ਮਿਰਚ ਢਾਬਾ ਸਟਾਈਲ ਚਿਕਨ। ਸੋ ਚਲੋ ਦੇਖਦੇ ਹਾਂ ਕਿੱਦਾਂ ਬਣਦਾ ਆ। ਸਭ ਤੋਂ ਪਹਿਲੇ ਅਸੀਂ 1 ਕਿਲੋ ਚਿਕਨ ਲਵਾਂਗੇ। 1 ਕਿਲੋ ਇਸ ਦੇ ਵਿੱਚ ਸਵਾਦ ਅਨੁਸਾਰ ਨਮਕ, ਧਨੀਆ ਪਾਊਡਰ, 1 ਚਮਚਾ ਗਰਮ ਮਸਾਲਾ, ਸਵਾਦ ਅਨੁਸਾਰ ਨਮਕ ਮਿਰਚ ਪਾਵਾਂਗੇ। ਮਿਰਚ ਆਪਾਂ ਥੋੜ੍ਹੀ ਪਾਉਣੀ ਹੈ, ਕਾਲੀ ਮਿਰਚ ਵੀ ਪਾਉਣੀ ਹੈ ਵਿੱਚ। 2 ਚਮਚੇ ਕਾਲੀ ਮਿਰਚ, ਅਤੇ ਆ ਅਸੀਂ ਦਹੀਂ ਪਾ ਰਹੇ ਹਾਂ ਵਿੱਚ। ਅਤੇ 2 ਚਮਚੇ ਕੋਰਨਫਲੋਰ, ਇਸ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਇਸ ਨੂੰ 1/2 ਘੰਟੇ ਲਈ ਅਸੀਂ ਮੈਰੀਨੇਟ ਕਰਨ ਲਈ ਫਰਿੱਜ 'ਚ ਰੱਖ ਦਿਆਂਗੇ। ਪਹਿਲੇ ਅਸੀਂ ਕੜਾਹੀ ਗੈਸ 'ਤੇ ਰੱਖਾਂਗੇ। 2 ਚਮਚੇ ਆਇਲ ਪਾਵਾਂਗੇ। ਇਹਦੇ ਵਿੱਚ 1 ਚਮਚਾ ਜੀਰਾ, ਹੁਣ ਗਰਮ ਹੋ ਗਿਆ। ਹੁਣ ਹੁਣ ਪਿਆਜ਼ ਪਾਉਣੇ ਹੈ, 4 ਪਿਆਜ਼ ਆ। ਇਹਨੂੰ ਗੁਲਾਬੀ ਹੋਣ ਤੱਕ ਭੁੰਨਾਂਗੇ। ਇੱਧਰ ਲਸਣ ਦਾ ਪੇਸਟ ਹੈ, 1 ਚਮਚਾ ਅਦਰਕ ਲਸਣ ਦਾ ਪੇਸਟ। ਆ ਕੀ ਪਾਇਆ? ਹਰੀ ਮਿਰਚ ਪੀਸੀ ਹੋਈ 1/2 ਚਮਚਾ, ਇਹ ਚੁਣ ਅਸੀਂ ਆਹ ਚਿਕਨ ਪਾ ਦਾਂਗੇ। ਇੱਕ 2 ਨਿੰਬੂ, ਇਸ ਨੂੰ ਅਸੀਂ ਚੰਗੀ ਤਰ੍ਹਾਂ ਭੁੰਨਣਾ ਹੈ ਜੀ। ਦਹੀਂ ਨੇ ਪਾਣੀ ਛੱਡ ਦੇਣਾ ਹੈ, ਇਹਨੂੰ ਚੰਗੀ ਤਰ੍ਹਾਂ ਭੁੰਨਣਾ ਹੈ ਅਤੇ ਥੋੜ੍ਹਾ ਜਿਹਾ ਅਸੀਂ ਪਾਣੀ ਵੀ ਵਿੱਚ ਪਾਵਾਂਗੇ। ਇਹਦੇ ਵਿੱਚ ਆ ਕਾਜੂ ਦਾ ਪੇਸਟ 2 ਚਮਚੇ, ਇਹਨੂੰ ਤਦ ਤੱਕ ਭੁੰਨਾਂਗੇ ਜਦ ਤੱਕ ਇਹ ਗਲ ਨਹੀਂ ਜਾਂਦਾ। ਹੋਰ ਅੰਮਾ ਕਿੰਨਾ ਟਾਈਮ ਲੱਗਣਾ ਇਹਨੂੰ? ਇਹਨੂੰ 15 ਮਿੰਟ ਲੱਗਣਗੇ, 15 ਮਿੰਟ ਹੋਰ ਜਦ ਤੱਕ ਗਲ ਨਹੀਂ ਜਾਂਦਾ।
बन गया। हाँ जी ये बन गया वे कढ़ाई हूँ घ्यो छ लग पी है। आ देखो साइडां ते घ्यो आ गया है। ये तो एक बार जरूर ट्राई करो, ये बहुत टेस्टी होंगे। साडा काली मिर्च ढाबा स्टाइल चिकन तैयार है। मैं टेस्ट कर रहा हूँ। हाँ करके देखो। हाँ ओहो बहुत स्वाद है, बहुत ज़्यादा स्वाद है। सो थैंक यू देखने वास्ते, साडे चैनल को सब्सक्राइब करो ते वीडियो नू ज़्यादा तो ज़्यादा शेयर करो। थैंक यू।